ਅਸੀਂ ਅੱਜ ਜਿਹੜੀ ਕਾਊਂਟਿੰਗ ਹੋਈ ਆ ਉਹਦੇ 'ਚ 35,500 ਦੇ ਕਰੀਬ ਵੋਟਾਂ ਨਾਲ ਜਿੱਤੇ ਹਾਂ ਅਤੇ ਬੜੀ ਵੱਡੀ ਇਤਿਹਾਸਿਕ ਜਿੱਤ ਹੈ ਪੰਜਾਬ ਦੀ ਔਰ ਪੰਜਾਬ ਦੇ ਲੋਕ ਜਿੱਤੇ ਨੇ ਜਿਹੜਾ ਇਹ 95 ਦੀ ਫਿਗਰ ਟੱਚ ਹੋ ਰਹੀ ਆ ਆਮ ਆਦਮੀ ਪਾਰਟੀ ਦੀ ਅਤੇ ਬਹੁਤ ਵੱਡੀ ਪੰਜਾਬ ਦੀ ਜਿੱਤ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹਦਾ ਫਲ ਮਿਲਣਾ ਹੀ ਮਿਲਣਾ ਔਰ ਆਮ ਆਦਮੀ ਪਾਰਟੀ ਬਹੁਤ ਵਧੀਆ ਸ਼ਾਸਨ ਚਲਾ ਕੇ ਦਿਖਾਏਗੀ ਸਾਰੇ ਪੰਜਾਬ ਬਠਿੰਡਾ ਦੇ ਆਤੀ 'ਤੇ ਤੁਸੀਂ ਜਿੱਤੇ ਹੋ ਤੁਹਾਡਾ ਪਹਿਲਾ ਕੰਮ ਕੀ ਹੋਏਗਾ ਬਠਿੰਡਾ ਦੇ ਆਤੀ ਦਾ ਬਠਿੰਡੇ ਦੇ ਆਤੀ 'ਚ ਬਹੁਤ ਸਾਰੇ ਕੰਮ ਹੋਣ ਵਾਲੇ ਹੈ ਅੱਜ ਦੀ ਸਭ ਤੋਂ ਪਹਿਲਾ ਸੁਨੇਹਾ ਇਹ ਹੈ ਵੀ ਇਕੱਲੇ ਇਕੱਲੇ ਵਰਕਰ ਦਾ ਇਕੱਲੇ ਇਕੱਲੇ ਵੋਟਰ ਦਾ ਧੰਨਵਾਦ ਹੈ ਵੀ ਉਹਨਾਂ ਨੇ ਐਡੇ ਵੱਡੇ ਬਹੁਮਤ ਨਾਲ ਜਿਤਾਇਆ ਆਮ ਆਦਮੀ ਪਾਰਟੀ 'ਤੇ ਭਰੋਸਾ ਦਿਖਾਇਆ ਔਰ ਉਹ ਭਰੋਸਾ ਕਾਇਮ ਰੱਖਾਂਗੇ ਉਹਨਾਂ ਨਾਲ ਨਿਭਾਂਗੇ ਨਾਲ ਤੁਸੀਂ ਕੀ ਸਮਝਦੇ ਹੋ ਜੀ ਆਮ ਆਦਮੀ ਪਾਰਟੀ ਨੂੰ ਇੰਨੀਆਂ ਜ਼ਿਆਦਾ ਮਾਰਜਨ ਮਿਲਿਆ ਸੀਟਾਂ ਬਹੁਤ ਮਿਲੀਆਂ ਇਹਦਾ ਕੀ ਕਾਰਨ ਹੋਇਆ ਮੇਰੇ ਤੁਹਾਡੇ ਕੁਐਸਚਨ 'ਚ ਤੁਹਾਡਾ ਜਵਾਬ ਹੈ ਜਿਹੜੇ ਲੋਕ ਫਰਸਟ੍ਰੇਟ ਹੋਏ ਹੋਏ ਸੀ ਤੰਗ ਆਏ ਹੋਏ ਸੀ ਰਵਾਇਤੀ ਪਾਰਟੀਆਂ ਤੋਂ ਜੋ ਇਹਨਾਂ ਨੇ ਸਿਸਟਮ ਚਲਾ ਰੱਖਿਆ ਸੀ ਉਸ ਤੋਂ ਤੰਗ ਆ ਕੇ ਲੋਕਾਂ ਨੇ ਇੱਕ ਮੌਕਾ ਭਗਵੰਤ ਮਾਨ ਜੀ ਨੂੰ ਦਿੱਤਾ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਉਹ ਜਿਹੜਾ ਇੱਕ ਮੌਕਾ ਸਾਡਾ ਸੀਗਾ ਉਹ ਸਾਹਮਣੇ ਆਇਆ ਔਰ ਸਾਰੇ ਜਿਹੜੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਦਿਖਾਇਆ ਆਮ ਆਦਮੀ ਪਾਰਟੀ ਅਸੀਂ ਅੱਜ ਜਿਹੜੀ ਕਾਊਂਟਿੰਗ ਹੋਈ ਆ ਉਹਦੇ 'ਚ 35,500 ਦੇ ਕਰੀਬ ਵੋਟਾਂ ਨਾਲ ਜਿੱਤੇ ਹਾਂ ਅਤੇ ਬੜੀ ਵੱਡੀ ਇਤਿਹਾਸਿਕ ਜਿੱਤ ਹੈ ਪੰਜਾਬ ਦੀ ਔਰ ਪੰਜਾਬ ਦੇ ਲੋਕ ਜਿੱਤੇ ਨੇ ਜਿਹੜਾ ਇਹ 95 ਦੀ ਫਿਗਰ ਟੱਚ ਹੋ ਰਹੀ ਆਮ ਆਦਮੀ ਪਾਰਟੀ ਦੀ ਅਤੇ ਬਹੁਤ ਵੱਡੀ ਪੰਜਾਬ ਦੀ ਜਿੱਤ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹਦਾ ਫਲ ਮਿਲਣਾ ਹੀ ਮਿਲਣਾ ਔਰ ਆਮ ਆਦਮੀ ਪਾਰਟੀ ਬਹੁਤ ਵਧੀਆ ਸ਼ਾਸਨ ਚਲਾ ਕੇ ਦਿਖਾਏਗੀ ਸਾਰੇ ਪੰਜਾਬ ਬਠਿੰਡਾ ਦੇ ਆਤੀ 'ਤੇ ਤੁਸੀਂ ਜਿੱਤੇ ਹੋ ਤੁਹਾਡਾ ਪਹਿਲਾ ਕੰਮ ਕੀ ਹੋਏਗਾ ਬਠਿੰਡਾ ਦੇ ਆਤੀ ਦਾ ਬਠਿੰਡੇ ਦੇ ਆਤੀ 'ਚ ਬਹੁਤ ਸਾਰੇ ਕੰਮ ਹੋਣ ਵਾਲੇ ਹੈ ਅੱਜ ਦੀ ਸਭ ਤੋਂ ਪਹਿਲਾ ਸੁਨੇਹਾ ਇਹ ਹੈ ਵੀ ਇਕੱਲੇ ਇਕੱਲੇ ਵਰਕਰ ਦਾ ਇਕੱਲੇ ਇਕੱਲੇ ਵੋਟਰ ਦਾ ਧੰਨਵਾਦ ਹੈ ਵੀ ਉਹਨਾਂ ਨੇ ਐਡੇ ਵੱਡੇ ਬਹੁਮਤ ਨਾਲ ਜਿਤਾਇਆ ਆਮ ਆਦਮੀ ਪਾਰਟੀ 'ਤੇ ਭਰੋਸਾ ਦਿਖਾਇਆ ਔਰ ਉਹ ਭਰੋਸਾ ਕਾਇਮ ਰੱਖਾਂਗੇ ਉਹਨਾਂ ਨਾਲ ਨਿਭਾਂਗੇ ਨਾਲ ਤੁਸੀਂ ਕੀ ਸਮਝਦੇ ਹੋ ਜੀ ਆਮ ਆਦਮੀ ਪਾਰਟੀ ਨੂੰ ਇੰਨੀਆਂ ਜ਼ਿਆਦਾ ਮਾਰਜਨ ਮਿਲਿਆ ਸੀਟਾਂ ਬਹੁਤ ਮਿਲੀਆਂ ਇਹਦਾ ਕੀ ਕਾਰਨ ਹੋਇਆ ਮੇਰੇ ਤੁਹਾਡੇ ਕੁਐਸਚਨ 'ਚ ਤੁਹਾਡਾ ਜਵਾਬ ਹੈ ਜਿਹੜੇ ਲੋਕ ਫਰਸਟ੍ਰੇਟ ਹੋਏ ਹੋਏ ਸੀ ਤੰਗ ਆਏ ਹੋਏ ਸੀ ਰਵਾਇਤੀ ਪਾਰਟੀਆਂ ਤੋਂ ਜੋ ਇਹਨਾਂ ਨੇ ਸਿਸਟਮ ਚਲਾ ਰੱਖਿਆ ਸੀ ਉਸ ਤੋਂ ਤੰਗ ਆ ਕੇ ਲੋਕਾਂ ਨੇ ਇੱਕ ਮੌਕਾ ਭਗਵੰਤ ਮਾਨ ਜੀ ਨੂੰ ਦਿੱਤਾ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਉਹ ਜਿਹੜਾ ਇੱਕ ਮੌਕਾ ਸਾਡਾ ਸੀਗਾ ਉਹ ਸਾਹਮਣੇ ਆਇਆ ਔਰ ਸਾਰੇ ਜਿਹੜੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਦਿਖਾਇਆ ਆਮ ਆਦਮੀ ਪਾਰਟੀ